ਵੱਖ ਵੱਖ ਵੀਡੀਓ ਲੈ ਕੇ ਤੁਹਾਡੇ ਕੋਲ ਆਉਂਦੇ ਰਹਿੰਦੇ ਹਾਂ, ਚਾਹੇ ਕਿਸੇ ਰੈਡੀਮੇਡ ਦੁਕਾਨ ਦੀ ਵੀਡੀਓ ਹੈ ਅਤੇ ਚਾਹੇ ਕੱਪੜਿਆਂ ਦੀ ਦੁਕਾਨ ਦੀ ਜਾਂ ਇਲੈਕਟ੍ਰੋਨਿਕ ਪਾਰਟਸ ਦੀ ਹੈ। ਪਰ ਅੱਜ ਦਾ ਵੀਡੀਓ ਜਿਹੜਾ ਤੁਹਾਡੇ ਲਈ ਖਾਸ ਰਹਿਣ ਵਾਲਾ ਹੈਗਾ, ਖਾਸ ਕਰਕੇ ਵੀਡੀਓ ਕਿਸਾਨਾਂ ਲਈ ਹੈ, ਉਹਨਾਂ ਕਿਸਾਨਾਂ ਦੇ ਲਈ ਜਿਹੜੇ ਖੇਤੀ ਕਰਦੇ ਆ। ਕਹਿੰਦੇ ਖੇਤੀ ਅਕਲਾਂ ਸੇਤੀ ਹੈ, ਪਹਿਲੇ ਗੱਲ ਆਉਂਦੀ ਸੀ ਦੱਬ ਕੇ ਵਾਹ ਅਤੇ ਰੱਜ ਕੇ ਖਾ, ਪਰ ਅੱਜ ਕੱਲ੍ਹ ਗੱਲ ਮਸ਼ਹੂਰ ਹੈ ਖੇਤੀ ਅਕਲਾਂ ਸੇਤੀ। ਜੇ ਅਕਲ ਨਾਲ ਖੇਤੀ ਕੀਤੀ ਜਾਵੇ ਤਾਂ ਕੁਛ ਫਾਇਦਾ ਹੋ ਸਕਦਾ ਹੈ। ਅੱਜ ਇੱਕ ਇਹ ਵੀਡੀਓ ਲੈ ਕੇ ਆਏ ਹਾਂ ਗੁਰੂ ਹਰ ਸਾਹਿਬ ਦੇ ਵਿੱਚ। ਅੱਜ ਇੱਕ ਇਸ ਤਰ੍ਹਾਂ ਦੀ ਦੁਕਾਨ ਤੁਹਾਨੂੰ ਦਿਖਾਉਣ ਲੱਗੇ ਹਾਂ ਜਿੱਥੋਂ ਖੇਤੀ ਦਾ ਸਮਾਨ ਮਿਲਦਾ। ਸਭ ਤੋਂ ਪਹਿਲਾਂ ਦਿਖਾ ਦਿੰਦੇ ਹਾਂ ਨਿਊ ਕਿਸਾਨ ਆਊਟਲੈਟ ਵਾਲਿਆਂ ਦੇ ਅੱਜ ਮੌਜੂਦ ਹੈਗੇ ਹਾਂ। ਤਸਵੀਰ ਵੀ ਦੇਖ ਸਕਦੇ ਹੋ, ਗੁਰੂ ਹਰ ਸਾਹਿਬ ਦੇ ਵਿੱਚ ਨਵਾਂ ਨਿਊ ਕਿਸਾਨ ਆਊਟਲੈਟ ਖੁੱਲ੍ਹ ਚੁੱਕਿਆ। ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦਿੰਦੇ ਹਾਂ, ਅੱਜ ਹੀ ਇਸ ਵੱਡੇ ਸ਼ੋਰੂਮ ਦਾ ਉਦਘਾਟਨ ਹੋਇਆ ਅਤੇ ਇਸ ਉਦਘਾਟਨ ਦੇ ਵਿੱਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਪਹੁੰਚਿਆ। ਸ਼੍ਰੋਮਣੀ ਅਕਾਲੀ ਦਲ ਤੋਂ ਸਰਦਾਰ ਵਰਦੇਵ ਸਿੰਘ ਮਾਨ ਪਹੁੰਚਿਆ, ਰਮਿੰਦਰ ਸਿੰਘ ਆਵਲਾ ਪਹੁੰਚਿਆ, ਜਗਦੀਪ ਕੰਬੋਜ ਗੋਲਡੀ ਆਪ ਦੇ ਵਿਧਾਇਕ ਵੀ ਇੱਥੇ ਪਹੁੰਚਿਆ, ਪਰ ਅੱਜ ਮੂਰਤ ਹੋਇਆ। ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਹਾਂ ਕੀ ਖਾਸੀਅਤ ਹੈ ਬਾਜ਼ਾਰ ਨਾਲੋਂ, ਇੱਥੇ ਦਵਾਈਆਂ ਕਿਹੜੀਆਂ ਖਾਸ ਮਿਲਦੀਆਂ ਨੇ, ਬਾਜ਼ਾਰ ਨਾਲੋਂ ਕਿਹੜੀਆਂ ਕੰਪਨੀਆਂ ਦੀਆਂ ਦਵਾਈਆਂ ਮਿਲਦੀਆਂ ਨੇ ਅਤੇ ਰੇਟ ਕੀ ਹੈਗੇ ਆ, ਪੂਰੀ ਗੱਲਬਾਤ ਤੁਹਾਨੂੰ ਦਿਖਾਉਣੀ ਹੈਗੀ ਹੈ। ਆਖਰ ਤੱਕ ਵੀਡੀਓ ਦੇ ਨਾਲ ਜੁੜੇ ਰਹੋ, ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ। ਸਭ ਤੋਂ ਪਹਿਲੇ ਅੱਜ ਹੀ ਮਹੂਰਤ ਜਿਹੜਾ ਹੋ ਕੇ ਹਟਿਆ ਅਤੇ ਅੱਜ ਜਿਹੜਾ ਮਹੂਰਤ ਹੋਇਆ, ਇਸ ਮਹੂਰਤ ਦੇ ਵਿੱਚ ਲੋਕ ਜਿਹੜੇ ਆ ਇੱਥੇ ਪਹੁੰਚੇ ਹੋਏ ਆ, ਕਿਸਾਨ ਵੀ ਮੌਜੂਦ ਨੇ, ਦੁਕਾਨਦਾਰ ਵੀ ਮੌਜੂਦ ਨੇ, ਹੋਰ ਕਾਫੀ ਲੋਕ ਮੌਜੂਦ ਨੇ। ਸਭ ਤੋਂ ਪਹਿਲਾਂ ਡੈਕੋਰੇਸ਼ਨ ਦਿਖਾ ਦਿੰਦੇ ਹਾਂ, ਕਿੰਨਾ ਵਧੀਆ ਆਊਟਲੈਟ ਦਾ ਮਤਲਬ ਕੀ ਹੈ। ਇੱਕ ਇਸ ਤਰ੍ਹਾਂ ਦਾ ਸ਼ੋਰੂਮ ਪੈਸਟੀਸਾਈਡ ਦੁਕਾਨ ਦੇ ਵਿੱਚ ਛੋਟੀਆਂ ਅਲਮਾਰੀਆਂ ਰੱਖ ਕੇ ਲੋਕ ਬੈਠੇ ਹੁੰਦੇ ਆ, ਪਰ ਵੱਡਾ ਸ਼ੋਰੂਮ ਬਣਾ ਤਾ। ਬਹੁ ਜੀ ਨਮਸਕਾਰ ਜੀ। ਨਮਸਕਾਰ ਜੀ, ਪਹਿਲਾਂ ਤਾਂ ਤੁਹਾਨੂੰ ਸਤਪਾਲ ਜੀ ਆਇਆਂ ਨੂੰ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ, ਹੁਣ ਕੰਮ ਜਿਹੜਾ ਹੈ ਸਟਾਰਟ ਕਰਤਾ ਅਤੇ ਅੱਜ ਮਹੂਰਤ ਕਰਤਾ, ਕਿੰਨਾ ਪੁਰਾਣਾ ਕੰਮ ਸੀ ਕਿ ਅੱਜ ਹੀ ਸਟਾਰਟ ਕੀਤਾ? ਅੱਜ ਮੈਂ ਆਪਦਾ ਕੰਮ ਸ਼ੁਰੂ ਕੀਤਾ ਹੈਗਾ, ਜਿਵੇਂ ਕਿ ਕੰਮ ਸ਼ੁਰੂ ਕਰਨ ਦਾ ਮੇਰਾ ਮੇਨ ਮੁੱਦਾ ਹੈ ਵੀ ਕੁਆਲਿਟੀ, ਕੁਆਲਿਟੀ ਦੇਣੀ ਹੈ, ਸਰਵਿਸ ਦੇਣੀ ਹੈ, ਜਿੱਥੇ ਜਿਹੜੀ ਚੀਜ਼ ਦੀ ਲੋੜ ਹੈ ਉੱਥੇ ਉਹ ਚੀਜ਼ ਦੇਣੀ ਹੈ। ਕੁਆਲਿਟੀ ਨੂੰ ਲੈ ਕੇ ਜਿਹੜਾ ਮੈਂ ਕੰਮ ਕਰਨ ਜਾ ਰਿਹਾ ਮੇਨ ਬ੍ਰਾਂਡਡ ਕੰਪਨੀਆਂ ਦੇ ਨਾਲ, ਸਜੈਂਟਾ, ਬਾਇਰ, ਅਡਾਮਾ, ਇੰਡੋਫਿਲ, ਵੀ ਜੋ ਵੀ ਮੇਨ ਜਿਹੜੀ ਕੰਪਨੀ ਦਾ ਮੇਨ ਫੰਗੀਸਾਈਡ ਆਉਂਦਾ ਉਹ ਫੰਗੀਸਾਈਡ ਦਿੱਤਾ ਜਾਏਗਾ, ਜਿਹੜੀ ਮੇਨ ਕੰਪਨੀ ਦਾ ਇਨਸੈਕਟੀਸਾਈਡ ਆਉਂਦਾ ਉਹ ਇਨਸੈਕਟੀਸਾਈਡ ਦਿੱਤਾ ਜਾਏਗਾ। ਗੱਲ ਇਹ ਰਹਿੰਦੀ ਹੈਗੀ ਹੈ, ਲੋਕ ਕਹਿ ਦਿੰਦੇ ਅਸੀਂ ਤਾਂ ਮੁਕਤਸਰ ਦਵਾਈ ਲੈਣ ਜਾਵਾਂਗੇ, ਅਸੀਂ ਤਾਂ ਫਰੀਦਕੋਟ ਜਾਵਾਂਗੇ, ਲੁਧਿਆਣਾ ਜਾਵਾਂਗੇ, ਜਿੱਥੇ ਵੱਡੇ ਡੀਲਰ ਹੈਗੇ ਆ, ਦਵਾਈਆਂ ਸਸਤੀਆਂ ਮਿਲਦੀਆਂ ਨੇ। ਕੰਪਨੀਆਂ ਦੀ ਗੱਲ ਕੀਤੀ ਹੈ, ਕਿਹੜੇ ਕਿਹੜੇ ਕੰਪਨੀਆਂ ਦਾ ਸਮਾਨ ਤੁਹਾਡੇ ਕੋਲ ਰਹਿਣ ਵਾਲਾ ਤਾਂ ਰੇਟ ਕੀ ਰਹਿਣ ਵਾਲੇ ਆ, ਉਹਨਾਂ ਸ਼ਹਿਰਾਂ ਨਾਲੋਂ ਫਰਕ ਕੀ ਰਹੂਗਾ? ਜਿੱਥੋਂ ਤੱਕ ਹੈ ਜੀ, ਕੰਪਨੀ ਹਰ ਇੱਕ ਕੰਪਨੀ ਦਾ ਮਾਲ ਮੇਰੇ ਕੋਲੋਂ ਮਿਲੇਗਾ, ਸਜੈਂਟਾ, ਬਾਇਰ, ਅਡਾਮਾ, ਇੰਡੋਫਿਲ। ਰੇਟਾਂ ਦੀ ਜੇ ਗੱਲ ਕਰੀ ਜਾਏ ਤਾਂ ਰੇਟ ਜੇ ਕਿਤੇ ਮੁਕਤਸਰ ਜਾਂ ਫਿਰੋਜ਼ਪੁਰ ਜਾਂ ਫਰੀਦਕੋਟ ਕਿਤੋਂ ਦੀ ਵੀ ਗੱਲ ਕਰੋ, ਮੇਰੇ ਕੋਲ ਸਭ ਨਾਲੋਂ ਜ਼ਿਆਦਾ ਘੱਟ ਰੇਟ 'ਤੇ ਮਿਲੇਗਾ, ਸਭ ਤੋਂ ਘੱਟ 'ਤੇ ਮਿਲੇਗਾ। ਦੋ ਸਾਥੀ ਬੈਠੇ ਹੋ, ਕਹਿੰਦੇ ਇੱਕ 'ਤੇ ਇੱਕ 11 ਹੁੰਦੇ ਆ, ਇੱਕ 'ਤੇ ਇੱਕ 2 ਵੀ ਹੁੰਦੇ ਆ, ਪਰ ਹੁਣ ਇਹਨੂੰ ਗਿਣਦੇ ਆ ਤਾਂ ਇੱਕ 'ਤੇ ਇੱਕ 11 ਹੈਗੇ ਆ। ਪਰ ਅੱਜ ਜਿਹੜੀ ਦੁਕਾਨ ਤੁਸੀਂ ਖੋਲ੍ਹ ਦਿੱਤੀ, ਲੰਗਰ ਸਵੇਰੇ ਤੁਸੀਂ ਵੀ ਇੱਥੇ ਚਲਾਇਆ ਹੋਇਆ ਸੀ, ਲੋਕ ਆਏ ਵੀ ਹੈਗੇ ਆ, ਅਤੇ ਹੁਣ ਲੋਕਾਂ ਨੂੰ ਕੀ ਵਿਸ਼ਵਾਸ ਕਰਕੇ ਆਉਣ ਵੀ ਤੁਹਾਡੀ ਦੁਕਾਨ 'ਤੇ ਸਮਾਨ ਜਿਹੜਾ ਹੈਗਾ, ਪ੍ਰੋਡਕਟ ਜਿਹੜੇ ਹੈਗੇ ਆ ਖੇਤੀ ਨਾਲ, ਚਾਹੇ ਉਹ ਕੀਟਨਾਸ਼ਕ ਹੈ, ਨਦੀਨ ਨਾਸ਼ਕ ਹੈ, ਇਨਸੈਕਟੀਸਾਈਡ ਹੈ, ਪੈਸਟੀਸਾਈਡ ਹੈ, ਕੀ ਸਸਤਾ ਮਿਲੂ? ਸਾਡੇ ਕੋਲੋਂ ਬਾਜ਼ਾਰ ਨਾਲੋਂ ਦਵਾਈ ਬਹੁਤ ਵਧੀਆ, ਅਸਲੀ ਅਤੇ ਘੱਟ ਰੇਟ 'ਤੇ ਮਿਲੇਗੀ ਜੀ। ਪੱਕੇ ਬਿੱਲ ਮਿਲਣਗੇ? ਹਾਂਜੀ, ਪੱਕੇ ਬਿੱਲ 'ਤੇ ਮਿਲੂ, ਬਿਲਕੁਲ ਪੱਕੇ ਬਿੱਲ 'ਤੇ ਮਿਲੇਗੀ ਜੀ। ਕਰ ਲਈਏ ਸਾਰਾ ਚੈੱਕ, ਕਿਹੜੇ ਕਿਹੜੇ ਕੰਪਨੀਆਂ ਦਾ ਕਿਹੜਾ,
ਬਿਲਕੁਲ ਕਰੋ ਜੀ, ਆ ਜਾਓ ਜੀ। ਬਿਲਕੁਲ ਜੀ, ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ। ਸਭ ਤੋਂ ਪਹਿਲੇ ਅਲੱਗ ਅਲੱਗ ਕੰਪਨੀਆਂ ਦਾ ਜਿਹੜਾ ਮਾਲ ਇੱਥੇ ਪਿਆ ਹੈ, ਕਿਹੜੀ ਕੰਪਨੀ ਦਾ ਮਾਲ ਹੈ ਜੀ? ਇੰਡੋਫਿਲ ਦਾ ਜੀ। ਇੰਡੋਫਿਲ ਦਾ ਇਹ ਕੀ ਖਾਸੀਅਤ ਹੈ ਦੂਸਰੀਆਂ ਕੰਪਨੀਆਂ ਨਾਲੋਂ? ਇੰਡੋਫਿਲ ਦੇ ਜਿੰਨੇ ਵੀ ਫੰਗੀਸਾਈਡ ਆਉਂਦੇ ਆ ਨਾ ਜੀ, ਬਹੁਤ ਵਧੀਆ ਅਤੇ ਕਾਮਯਾਬ ਪ੍ਰੋਡਕਟ ਹੈ ਸਾਰੇ ਇਹਨਾਂ ਬਾਗਬਾਨੀ ਲਈ ਜਾਂ ਜਿਹੜੀਆਂ ਸਬਜ਼ੀਆਂ ਦੇ ਲਈ, ਕਣਕ ਝੋਨੇ ਸਬਜ਼ੀਆਂ ਸਭ ਦੇ ਲਈ। ਠੀਕ ਹੈ, ਅਤੇ ਹੋਰ ਕਿਹੜੇ ਕਿਹੜੇ ਕੰਪਨੀਆਂ ਦਾ ਆਪਣੇ ਕੋਲ ਜਿਹੜਾ ਸਮਾਨ ਉਪਲਬਧ ਰਹਿੰਦਾ ਜੀ? ਉਸ ਤੋਂ ਬਾਅਦ ਆ ਜਾਂਦੀ ਜੀ DCM ਸ਼੍ਰੀ ਰਾਮ। DCM ਸ਼੍ਰੀ ਰਾਮ ਵੀ ਇੱਕ ਬਹੁਤ ਵੱਡਾ ਗਰੁੱਪ ਹੈਗਾ, ਇਹਨਾਂ ਦੀ ਟੋਟਲ ਫੁੱਲ ਆਫ ਰੇਂਜ ਆਉਂਦੀ ਹੈ, ਹਰਬੀ ਸਾਈਡ ਤੋਂ ਲੈ ਕੇ ਇਨਸੈਕਟੀਸਾਈਡ ਤੋਂ ਲੈ ਕੇ ਫੰਗੀ ਸਾਈਡ ਤੋਂ ਲੈ ਕੇ ਹਰ ਇੱਕ ਪ੍ਰੋਡਕਟ ਇਹਨਾਂ ਦਾ ਆਉਂਦਾ ਹੈਗਾ। ਠੀਕ ਹੈ, ਅਤੇ ਇਸ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਕੰਪਨੀਆਂ ਹੈਗੀਆਂ ਜੀ? ਅਡਾਮਾ, ਅਡਾਮਾ ਕੰਪਨੀ ਦਾ ਵੀ ਬਹੁਤ ਨਾਮ ਹੈ ਜੀ। ਅਡਾਮਾ ਦੇ ਵੀ ਜਿਵੇਂ ਸ਼ਮੀਰ ਹੈ, ਸ਼ਮੀਰ ਬਾਏ ਨੇਮ ਵਿਕਦੀ ਹੈਗੀ ਇਹਨਾਂ ਦੀ, ਬਹੁਤ ਵਧੀਆ ਫੰਗੀ ਸਾਈਡ ਹੈਗਾ ਜੀ। ਅੱਛਾ, ਇਹ ਕਾਹਤੇ ਕਾਹਤੇ ਯੂਜ਼ ਹੁੰਦੀ ਵੀਰੇ? ਇਹ ਜਿੰਨੇ ਵੀ ਜਿਵੇਂ ਫੰਗਸ ਦੀਆਂ ਬਿਮਾਰੀਆਂ ਹੁੰਦੀਆਂ ਨਾ ਝੋਨੇ ਦੇ ਉੱਪਰ, ਇਹ ਸ਼ਮੀਰ ਉਹਨਾਂ ਦੇ ਉੱਤੇ ਜਿੱਦਾਂ ਥੱਲੇ ਚੁਲਸ ਵਗੈਰਾ ਐਨ ਲੱਗਦਾ ਜੀ, ਹਾਂਜੀ ਹਾਂਜੀ, ਡਿੰਗਲ ਲੱਗ ਜੀ ਜੀ ਜੀ, ਉੱਥੇ ਕੰਮ ਕਰਦੇ ਹੈਗੇ। ਬਿਲਕੁਲ ਨਵੇਂ ਟੈਕਨੀਕਲ ਆ ਗਿਆ ਜੀ, ਉਹਦੇ ਵਿੱਚ ਚੇਂਜ ਹੋ ਰਿਹਾ, ਤੇ ਉੱਪਰ ਕਾਹਦਾ ਜੀ? ਇਹ ਵੀ ਅਡਾਮਾ ਦਾ ਹੀ ਹੈ ਜੀ, ਇਹ ਹਰਬੀ ਸਾਈਡ ਹੈ ਜੀ, ਇਹ ਜਿਹੜਾ ਆਪਾਂ ਵੱਟਾਂ ਤੇ ਘਾਹ ਮਾਰਦੇ ਹਾਂ ਉਹ ਵਾਲੀ ਦਵਾਈ ਹੈ। ਤੇ ਉੱਪਰ ਕੀ ਹੈ ਉੱਤਮ ਦਾ ਕੀ ਪਿਆ ਜੀ? ਉੱਤਮ ਹੈ ਜੀ, ਉੱਤਮ ਵੀ ਇੱਕ ਬਹੁਤ ਵੱਡਾ ਗਰੁੱਪ ਹੈ ਜੀ, ਉੱਤਮ ਦੀ ਖਾਦ ਤੋਂ ਲੈ ਕੇ ਯੂਰੀਆ, DAP, ਪੋਟਾਸ਼, ਸੁਪਰ ਹਰ ਇੱਕ ਪ੍ਰੋਡਕਟ ਆਉਂਦਾ ਹੈਗਾ। ਇਹ ਹਰਬੀ ਸਾਈਡ ਹੈ ਜਿਹੜਾ ਆਪਾਂ ਝੋਨੇ ਦੇ ਵਿੱਚ ਆਪਾਂ ਨਦੀਨ ਨਾਸ਼ਕਾ ਤੋਂ ਪਾਉਂਦੇ ਹਾਂ, ਜਿਹੜਾ ਗੰਦ ਨਹੀਂ ਹੋਣ ਦਿੰਦਾ, ਨਹੀਂ ਹੋਣ ਦਿੰਦਾ। ਠੀਕ ਹੈ, ਫਟ ਸਮੇਂ ਜਦੋਂ ਹੁਣ ਤੱਕ ਕਰਦੇ ਆ ਅੱਗੇ। ਇਹ ਟਾਟਾ ਦਾ ਹੈ 11? ਹਾਂਜੀ, ਇਹ 11 ਇੰਡੀਆ ਲਿਮਿਟਡ, ਇੱਕ ਨੋਰਵੇ ਦੀ ਕੰਪਨੀ ਹੈ ਜੀ। ਇਹਨਾਂ ਦੇ ਟੋਟਲ ਫਰਟੀਲਾਈਜ਼ਰ ਆਉਂਦੇ ਹੈਗੇ ਆ, ਜਿਵੇਂ ਜਿੰਕ ਆ ਗਿਆ, ਮੈਗਨੀਜ਼ ਆ ਗਿਆ, ਬੋਰੋਨ ਆ ਗਿਆ, ਇਹਨਾਂ ਦਾ ਇੱਕ ਕੰਪਲੈਕਸ ਨਾਮ ਤੇ ਇੱਕ ਪ੍ਰੋਡਕਟ ਆਉਂਦਾ, ਬਹੁਤ ਹੀ ਵਧੀਆ ਆਉਂਦਾ ਹੈਗਾ, ਜਿਹੜਾ ਆਪਣੇ ਝੋਨੇ ਲਈ ਜਾਂ ਆਪਣੀ ਕਣਕ ਲਈ ਬਹੁਤ ਲਾਭਦਾਇਕ ਹੈ। ਠੀਕ ਹੈ, ਉਸ ਉੱਪਰ ਇਹ ਵੀ ਉੱਤਮ ਦਾ ਉੱਤਮ ਦੀ। ਉਸ ਤੋਂ ਬਾਅਦ ਆ ਗਈ ਜੀ ਸਜੈਂਟਾ ਇੰਡੀਆ ਲਿਮਿਟਡ। ਸਜੈਂਟਾ ਇੰਡੀਆ ਲਿਮਿਟਡ ਨੂੰ ਤਾਂ ਦੁਨੀਆਂ ਜਾਣਦੀ ਹੈ ਜੀ, ਇਹਨਾਂ ਦੇ ਹਰ ਇੱਕ ਮੋਲੀਕੂਲ ਆਉਂਦਾ ਹੈ, ਫੰਗੀਸਾਈਡ ਵੀ ਆਉਂਦਾ ਹੈ, ਇਨਸੈਕਟੀਸਾਈਡ ਵੀ ਆਉਂਦਾ ਹੈ, ਹਰਬੀ ਸਾਈਡ ਵੀ ਆਉਂਦਾ ਹੈ, ਸਾਰਾ ਕੁਛ ਆਉਂਦਾ ਹੈ ਇਹਨਾਂ ਦਾ। ਅੱਛਾ, ਸਜੈਂਟਾ ਦਾ ਪੂਰਾ ਨਾਮ ਹੈ? ਹਾਂਜੀ, ਸਜੈਂਟਾ ਇੰਡੀਆ ਲਿਮਿਟਡ। ਅੱਛਾ, ਲੋਕਾਂ ਦੀ ਇੱਕ ਮੰਗ ਖਾਸ ਰਹਿੰਦੀ ਹੈਗੀ ਹੈ ਬਿੱਲ ਨੂੰ ਲੈ ਕੇ, ਵੀ ਬਿੱਲ ਮਿਲ ਜਾਵੇ, ਇਹ ਕਿਹੜੀ ਕੰਪਨੀ ਦਾ ਪਿਆ ਜੀ ਉੱਪਰ? ਇਹ ਕੋਰਟੇਵਾ ਦਾ ਗਲੀਲੀਓ ਹੋਇਆ ਜੀ, ਕੋਰਟੇਵਾ ਵੀ ਕੰਪਨੀ ਬਹੁਤ ਵਧੀਆ ਹੈਗੀ ਹੈ ਜੀ, ਇਹਨਾਂ ਦਾ ਵੀ ਨਾਮ ਬਹੁਤ ਹੈ, ਫੰਗੀ ਸਾਈਡ ਦੇ ਵਿੱਚ ਇਹਨਾਂ ਦੇ ਕਾਫੀ ਪ੍ਰੋਡਕਟ ਆਉਂਦੇ ਹੈਗੇ। ਫੰਗੀ ਸਾਈਡ ਜ਼ਿਆਦਾਤਰ ਮੈਨੂੰ ਲੱਗਦਾ ਜਿਹੜੇ ਹੁਣ ਜਿੱਦਾਂ ਲੋਕ ਬਾਸਮਤੀ ਕਿਸਮਾਂ ਬੀਜਦੇ ਹੈਗੇ, PR 114 ਹੋ ਗਈ, 11-21 ਹੋ ਗਏ, ਹਾਂਜੀ 1400 ਏਕੜ ਨੂੰ ਫੰਗੀ ਸਾਈਡ ਦੀਆਂ ਫੰਗਸ ਦੀਆਂ ਬਹੁਤ ਜ਼ਿਆਦਾ ਦਿੱਕਤਾਂ ਆਉਂਦੀਆਂ ਹੈਗੀਆਂ, ਇਹ ਪ੍ਰੋਡਕਟ ਉਹਨਾਂ ਲਈ ਖਾਸ ਕਰ ਬਣਾਏ ਗਏ ਆ ਕੰਪਨੀ। ਕਿਸਾਨਾਂ ਨੂੰ ਕੀ ਸੁਨੇਹਾ ਹੈਗਾ? ਦੇਖੋ ਪਿਛਲੀ ਵਾਰ ਜਿੱਦਾਂ ਲੋਕਾਂ ਦੀਆਂ ਫਸਲਾਂ ਖਰਾਬ ਹੋ ਜਾਂਦੀਆਂ, ਖਾਸ ਕਰਕੇ ਬਾਸਮਤੀ ਦੀਆਂ, ਵੀ ਬੀਜ ਨੂੰ ਸੋਧ ਕੇ ਬੀਜਿਆ ਜਾਵੇ? ਬਿਲਕੁਲ ਜੀ, ਇਹ ਜਦੋਂ ਆਪਾਂ ਪਨੀਰੀ ਬੀਜਦੇ ਹਾਂ, ਜ਼ਿਆਦਾਤਰ ਕਿਸਾਨ ਇਹ ਧਿਆਨ ਨਹੀਂ ਕਰਦੇ ਵੀ ਅਸੀਂ ਬੀਜ ਨੂੰ ਸੋਧਦੇ ਨਹੀਂ। ਸਾਰਿਆਂ ਤੋਂ ਪਹਿਲਾਂ ਮੇਰਾ ਮੈਸੇਜ ਇਹ ਹੈ ਵੀ ਬੀਜ ਨੂੰ ਸੋਧਿਆ ਜ਼ਰੂਰ ਜਾਵੇ, ਬੀਜ ਨੂੰ ਸੋਧ ਕੇ ਬੀਜਿਆ ਜਾਵੇ, ਤਾਂ ਜੋ ਆਉਣ ਵਾਲੀਆਂ ਮੁਸ਼ਕਲਾਂ ਤੋਂ ਤੁਸੀਂ ਬਚ ਸਕੋ। ਉਸ ਤੋਂ ਬਾਅਦ ਟਰਮ ਬਾਏ ਟਰਮ ਕੀ ਹੈ ਜੀ, ਜਿਵੇਂ ਜਿਹੜੀ ਚੀਜ਼ ਦੀ ਲੋੜ ਹੈ ਉਹਨੂੰ ਟਾਈਮ ਸਿਰ ਦਿੱਤਾ ਜਾਵੇ। ਆਪਾਂ ਲੋੜ ਤੋਂ ਬਾਅਦ ਜਦੋਂ ਫੰਗੀਸਾਈਡ ਨੂੰ ਜਾਂ ਇਨਸੈਕਟੀਸਾਈਡ ਯੂਜ਼ ਕਰਦੇ ਹਾਂ, ਨੁਕਸਾਨ ਤਾਂ ਉਦੋਂ ਹੋ ਚੁੱਕਾ ਹੁੰਦਾ। ਅੱਛਾ, ਤੁਸੀਂ ਇੱਕ ਗੱਲ ਕਹਿ ਰਹੇ ਸੀ ਵੀ ਇਕੱਲਾ ਦੁਕਾਨ 'ਤੇ ਬਹਿ ਕੇ ਅਸੀਂ ਸਮਾਨ ਨਹੀਂ ਦਿੰਦੇ, ਜਿਵੇਂ ਸੀਜ਼ਨ ਆ ਗਿਆ, ਕਣਕ ਦਾ ਸੀਜ਼ਨ ਆ ਗਿਆ, ਅਤੇ ਕੰਬਾਈਨਾਂ ਵੇਚ ਦਿੰਦੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਦੇ ਪਿੱਛੇ, ਉਹਨਾਂ ਦੇ ਡਾਕਟਰ, ਮਤਲਬ ਡਾਕਟਰ ਕਹਿ ਸਕਦੇ ਹਾਂ, ਮਿਸਤਰੀ ਜਾਂਦੇ ਆ, ਅਤੇ ਤੁਹਾਡੇ ਮਿਸਤਰੀ ਫਸਲ ਵੇਖਣ ਵਾਲੇ ਜਾਂਦੇ? ਬਿਲਕੁਲ ਉਸੇ ਤਰ੍ਹਾਂ ਹੀ ਜੀ, ਮੈਂ ਨਰਸਰੀ ਤੋਂ ਲੈ ਕੇ, ਅੱਜ 25 ਸਾਲ ਤੋਂ ਮੈਂ ਇਸ ਫੀਲਡ ਦੇ ਵਿੱਚ ਹਾਂ ਜੀ, ਨਰਸਰੀ ਤੋਂ ਲੈ ਕੇ ਪਨੀਰੀ ਦੀ ਬਿਜਾਈ ਜਦੋਂ ਹੋਣੀ ਸ਼ੁਰੂ ਹੋ ਜਾਂਦੀ ਹੈ, ਮੈਂ ਉਦੋਂ ਤੋਂ ਲੈ ਕੇ ਆਪਦੇ ਹਰ ਇੱਕ ਫਾਰਮਰ ਦੀ ਵੱਟ 'ਤੇ ਜਾਂਦਾ, ਪਨੀਰੀ ਤੋਂ ਲੈ ਕੇ ਖੁਦ ਪੱਕਦੇ ਝੋਨੇ ਤੱਕ ਮੈਂ ਧਿਆਨ ਦਿੰਦਾ ਜੀ। ਹਰ ਇੱਕ ਸਪਰੇ, ਹਰ ਇੱਕ ਬੱਚੇ ਨੂੰ ਪਾਲਦੀ ਹੈ 9 ਮਹੀਨੇ, ਤੇ ਯਾਨੀ ਕਿ 6 ਮਹੀਨੇ ਫਸਲ ਤੁਸੀਂ ਉਹ ਤਰੀਕੇ ਪਾਲਦੇ ਪਾਲਦਾ ਜੀ। ਬਿਲਕੁਲ ਬਿਲਕੁਲ।
ਅਤੇ ਹੋਰ ਕੀ ਆ ਜੇ ਖਾਦਾਂ ਦੀ ਗੱਲ ਕਰ ਲੈਂਦੇ ਹਾਂ, ਸਟੋਰ ਵਗੈਰਾ ਕਹਿੰਦੇ ਪਿੱਛੇ ਵੀ ਬਣਾ ਰੱਖਿਆ, ਜੋ ਆਪਾਂ ਦੇਖ ਲੈਂਦੇ ਹਾਂ ਗੱਲਬਾਤ, ਕਿਹੜੇ ਕਿਹੜੇ ਕੰਪਨੀ ਦੀਆਂ ਖਾਦਾਂ ਜਿਹੜੀਆਂ ਨੇ ਉਪਲਬਧ ਆਪਣੇ ਕੋਲ ਰਹਿੰਦੀਆਂ ਹੈਗੀਆਂ? ਖਾਦਾਂ ਜਿਵੇਂ ਕਿ ਯੂਰੀਆ ਨੂੰ ਲੈ ਕੇ ਗਿਰੀਆਂ, ਯੂਰੀਆ NFL ਆ ਗਈ, ਉੱਤਮ ਆ ਗਈ, ਸ਼੍ਰੀ ਰਾਮ ਆ ਗਈ, ਉਹਨਾਂ ਦਾ ਛੋਟਾ ਮੋਟਾ ਕੰਮ ਨਹੀਂ ਹੈਗਾ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ, ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਖਾਦ ਦੇ ਆ ਵੀ ਜਿਵੇਂ ਬਾਈ ਸ਼ੋਲਟੇਜ ਆ ਜਾਂਦੀ ਖਾਦ, ਕਹਿੰਦੇ ਸ਼ੋਲਟੇਜ ਆ ਗਈ ਜੀ, ਹੁਣ ਤਾਂ ਤੁਹਾਨੂੰ ਆਹ ਸਮਾਨ ਲੈਣਾ ਪਊਗਾ, ਆਹ ਕਰਨਾ ਪਊਗਾ? ਨਹੀਂ ਜੀ, ਨਹੀਂ, ਕੁਛ ਨਹੀਂ ਹੋਏਗਾ ਆਪਣੀ ਦੁਕਾਨ ਦੇ ਉੱਪਰ, ਕੋਈ ਸ਼ੋਰਟੇਜ ਵਾਲਾ ਮੁੱਦਾ ਨਹੀਂ। ਤੁਹਾਡਾ ਮਤਲਬ ਇਹ ਹੈ 25 ਸਾਲਾਂ ਤੋਂ ਇਸ ਲਾਈਨ 'ਚ ਰਹੇ ਆ, ਇੱਕ ਵਾਰੀ ਜਿਹੜਾ ਆ ਗਿਆ ਜਾਂਦਾ ਨਹੀਂ, ਸਮਾਨ ਲੈ ਕੇ ਜਾਓ, ਸਮਾਨ ਲੈ ਕੇ ਜਾਊਗਾ। ਆਪਾਂ ਪੂਰਾ ਗਡਾਊਂਡ ਵੀ ਦਿਖਾਈਏ। ਬਿਲਕੁਲ ਜੀ, ਕਾਫੀ ਵੱਡਾ ਗਡਾਊਂਡ ਜਿਹੜਾ ਇਹਨਾਂ ਨੇ ਬਣਾ ਰੱਖਿਆ, ਅਤੇ ਖੇਤੀ ਨਾਲ ਰਿਲੇਟਿਡ ਜਿਹੜੀਆਂ ਨੇ ਸਾਰੀਆਂ ਦਵਾਈਆਂ, ਸਪਰੇਆਂ, ਰੇਹਾਂ, ਖਾਦਾਂ ਇੱਕ ਹੀ ਛੱਤ ਦੇ ਹੇਠ ਮਿਲਦੀਆਂ ਨੇ। ਬਈ ਪੂਰਾ ਪ੍ਰਬੰਧ ਤੋਂ ਪੂਰਾ ਸੀਜ਼ਨ ਦੀ ਤਿਆਰੀ ਪਹਿਲਾਂ ਹੀ ਕਰ ਰੱਖੀ ਆ। ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ, ਤਿਆਰੀ ਜਿਹੜੀ ਆ ਉਹ ਇਹਨਾਂ ਨੇ ਪੂਰੀ ਕੀਤੀ ਹੋਈ ਆ, ਅਤੇ ਤੁਸੀਂ, ਤੁਹਾਨੂੰ ਗਡਾਊਂਡ ਵੀ ਦਿਖਾ ਦਿੱਤਾ, ਪੂਰੀ ਵੱਡੀ ਹੱਟ ਬਾਈ ਉਹਨਾਂ ਨੇ ਖੋਲ੍ਹਤਾ, ਨਵਾਂ ਆਊਟਲੈਟ ਖੋਲ੍ਹਤਾ। ਆਊਟਲੈਟ ਖੁੱਲ੍ਹਦੇ ਸੀ ਕੱਪੜਿਆਂ ਦੁਕਾਨਾਂ ਦੇ ਜਾਂ ਹੋਰਾਂ ਦੇ, ਕਿਸਾਨ ਵੀ ਇੱਥੇ ਮੌਜੂਦ ਹੈਗੇ ਆ, ਗੱਲਬਾਤ ਕਰ ਲੈਂਦੇ ਹਾਂ ਕਿਸਾਨਾਂ ਦੇ ਨਾਲ ਵੀ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਜੀ? ਜਸਵੀਰ ਸਿੰਘ ਜੀ। ਅੱਛਾ, ਕਿਵੇਂ ਪਹੁੰਚੇ ਸੀ ਅੱਜ? ਇਹਨਾਂ ਨੇ ਆਪਣਾ ਨਵਾਂ ਸ਼ੋਰੂਮ ਖੋਲ੍ਹਿਆ ਜੀ। ਅੱਛਾ ਜੀ, ਅਤੇ ਸਾਡੇ ਭਰਾ ਅਤੇ ਸੰਤਾਂ ਪਹੁੰਚਣਾ ਪੈਣਾ ਸੀਗਾ ਜੀ, ਪਹੁੰਚਣਾ ਪੈਣਾ। ਅੱਛਾ, ਕੰਪਨੀਆਂ ਬੜੀਆਂ ਬ੍ਰਾਂਡ ਰੱਖੀਆਂ, ਜਿੱਦਾਂ ਪਾਇਰ ਪਈ ਆ, ਸਜੈਂਟਾ ਪਈ ਆ, ਸਾਰੀਆਂ ਟੌਪ ਦੀਆਂ ਕੰਪਨੀਆਂ ਦਾ ਸਮਾਨ ਰੱਖਿਆ। ਅੱਗੇ ਸਮਾਨ ਲੈਣ ਪਾਸੇ ਜਾਣਾ ਪੈਂਦਾ ਸੀ, ਹੁਣ ਮੈਨੂੰ ਲੱਗਦਾ ਗੁਰੂ ਹਰ ਸਾਹਿਬ ਦੇ ਵਿੱਚ ਹੀ ਸਭ ਕੁਛ ਹੋ ਗਿਆ। ਹਾਂਜੀ ਹਾਂਜੀ, ਸਭ ਕੁਛ ਮਿਲੂਗਾ। ਮੈਂ ਵੇਖਿਆ ਅੱਗੇ ਸਾਰਾ ਕੁਛ ਇਹਨਾਂ ਕੋਲ ਓਰੀਜਨਲ ਓਰੀਜਨਲ ਹਾਂਜੀ ਓਰੀਜਨਲ ਤੇ ਜਿਹੜੇ ਦੀ ਗੱਲ ਕਰ ਰਹੇ ਸੀ, ਕਹਿੰਦੇ ਬਿੱਲ ਵੀ ਕੱਟ ਕੇ ਦੇਣੇ ਆ। ਪੱਕਾ ਕੱਟ ਕੇ ਦੇਣਗੇ ਜੀ, ਬੜੀ ਵੱਡੀ ਪ੍ਰੋਬਲਮ ਹੈ ਨਹੀਂ ਕਈ ਦੁਕਾਨਦਾਰਾਂ ਨੂੰ ਜਿਹੜੇ ਬਿੱਲ ਨਹੀਂ ਦਿੰਦੇ। ਹਾਂਜੀ ਹਾਂਜੀ, ਬਿੱਲ ਪੱਕਾ ਕੱਟ ਕੇ ਦੇਣਗੇ। ਇੱਕ ਇਹਨਾਂ ਦੀ ਹੋਰ ਖਾਸੀਅਤ ਆ ਜੀ, ਅਸੀਂ ਜੇ ਕੋਈ ਚੀਜ਼ ਲੈਣੀ ਆ, ਸਾਨੂੰ ਇੱਥੇ ਆਉਣ ਦੀ ਲੋੜ ਨਹੀਂ, ਫੋਨ ਕਰੋ, ਸਮਾਨ ਸਾਡੇ ਘਰੇ ਪਹੁੰਚ ਜੂਗਾ, ਘਰੇ ਵੀ ਪਹੁੰਚਾ ਦਿੰਦੇ। ਹਾਂਜੀ, ਹੋਮ ਡਿਲੀਵਰੀ ਵੀ ਆ? ਹੋਮ ਡਿਲੀਵਰੀ ਵੀ, ਕੀ ਬਾਤ ਹੈ। ਹੋਰ ਵੀ ਕਿਸਾਨ ਇੱਥੇ ਮੌਜੂਦ ਹੈਗੇ ਆ, ਗੱਲਬਾਤ ਕਰ ਲੈ। ਵੀਰੇ ਕੀ ਨਾਮ ਹੈ? ਮੇਰਾ ਨਾਮ ਨਵਦੀਪ ਆ ਜੀ। ਨਵਦੀਪ ਜੀ ਕਿੱਥੋਂ? ਮੈਂ ਪਿੰਡ ਬਸਤੀ ਡੇਰਿਆਂ ਵਾਲੀ ਤੋਂ ਜੀ। ਡੇਰਿਆਂ ਵਾਲੀ ਤੋਂ? ਹਾਂਜੀ। ਤੇ ਇੱਥੇ ਕਿਵੇਂ ਡੇਰੇ ਲਾਏ ਆ? ਇੱਥੇ ਜੀ ਮੇਰੇ ਭਰਾ ਨੇ ਕੰਮ ਕਰਿਆ ਨਵਾਂ ਜੀ। ਅੱਛਾ, ਆਪਣਾ ਜੀ, ਤੇ ਸ਼ੁਰੂ ਤੋਂ ਬਹੁਤ ਟਾਈਮ ਦਾ ਵੀਰਾ ਕੰਮ ਕਰ ਰਿਹਾ, ਬਹੁਤ ਐਕਸਪੀਰੀਅੰਸ ਆ ਮੇਰੇ ਵੀਰ ਨੂੰ, ਤੇ ਇਹਨਾਂ ਨੇ ਮੂਰਤ ਰੱਖਿਆ, ਬੁਲਾਇਆ, ਅਸੀਂ ਹੁਮ ਹੋ ਕੇ ਪਹੁੰਚੇ ਜੀ। ਅੱਛਾ, ਤੇ ਕੱਲਾ ਘੁੰਮਣ ਹੀ ਆਏ ਕੋ ਤੇ? ਪਰ ਸੀਜ਼ਨ ਤਾਂ ਹਲੇ ਸਟਾਰਟ ਹੋਊਗਾ ਦਵਾਈਆਂ ਦੇ। ਸੀਜ਼ਨ ਸਟਾਰਟ ਹਜੇ 4-5 ਦਿਨ ਤੋਂ ਸੀਜ਼ਨ। ਕਿੰਨੇ ਦੇ ਬੰਦੇ ਆ? ਜਿਵੇਂ ਉਹ ਕਹਿ ਰਹੇ ਸਾਡੇ ਕੋਲ ਆ ਬ੍ਰਾਂਡ ਮਿਲੂਗਾ, ਸਾਰੇ ਬ੍ਰਾਂਡ ਮਿਲੂਗੇ, ਰੇਟ ਘੱਟ ਮਿਲਣਗੇ ਬਾਜ਼ਾਰ ਦੇ ਨਾਲੋਂ, ਕੁਆਲਿਟੀ ਦੀ ਗੱਲ ਕਰਤੀ, ਕੁਆਂਟਿਟੀ ਦੀ ਗੱਲ ਕਰਤੀ? ਬੰਦੇ ਜੀ ਜੋ ਕਹਿੰਦੇ ਆ ਉਹ ਕਰਕੇ ਵਿਖਾਉਂਦੇ ਆ ਜੀ। ਠੀਕ ਹੈ, ਇਹ ਨਹੀਂ ਹੈਗਾ ਵੀ ਕਹਿ ਕੇ ਆਪਾਂ ਨੂੰ ਚੀਜ਼ ਅਡਾਮਾ, ਅਡਾਮਾ ਦਾ ਮਤਲਬ ਉਹ ਅਡਾਮਾ ਹੀ ਆ, ਇਹ ਨਹੀਂ ਹੈਗਾ ਵੀ ਅਡਾਮਾ ਨਕਲੀ ਨਿਕਲੂਗਾ। ਬਿੱਲ ਪੱਕਾ ਦੇਣਗੇ, ਬਿੱਲ ਪੱਕਾ ਦੇ, ਵਿਸ਼ਵਾਸ ਹੈ ਪੂਰਾ, ਵਿਸ਼ਵਾਸ ਪੂਰਾ ਜੀ। ਜੇ ਕਿਸਾਨਾਂ ਨੂੰ ਵਿਸ਼ਵਾਸ ਹੈ ਤਾਂ ਫਿਰ ਇਦੋਂ ਵੱਡੀ ਤਾਂ ਗੱਲ ਹੋ ਹੀ ਨਹੀਂ ਸਕਦੀ, ਇਦੋਂ ਵੱਡੀ ਫਰਕ ਆਦੀ ਹੋਣੀ ਆ ਜੀ। ਹਾਂਜੀ ਬਾਈ, ਕੀ ਨਾਮ ਆਪਣਾ? ਸ਼ਰਨਜੀਤ ਜੀ। ਕਿੱਥੋਂ? ਅਲਫੂਕੇ। ਅਲਫੂਕੇ ਤੋਂ? ਕਾਫੀ ਦੂਰੋਂ ਚੱਲ ਗਿਆ ਹੋ, ਚੰਗੇ ਬੰਦੇ ਆ ਤਾਂ ਹੀ ਪਹੁੰਚੇ ਹੋ। ਹੈ ਵਿਸ਼ਵਾਸ ਵੀ ਖਰੇ ਉਤਰਨਗੇ? ਹਾਂਜੀ। ਬਿਲਕੁਲ ਜੀ, ਹੁਣ ਇਧਰ ਹੀ ਆ ਰਹੇ ਆ, ਅੱਗੇ ਆਪਣਾ ਵੀਰ ਆ ਰਿਹਾ ਸੀ, ਇਹਨਾਂ ਦੱਸਿਆ ਵੀ ਇਹਨਾਂ ਨੇ ਸ਼ੋਰੂਮ ਖੋਲਿਆ, ਤੇ ਬਹੁਤ ਖੁਸ਼ੀ ਹੋਈ, ਤੇ ਬਹੁਤ ਵਧੀਆ ਦਵਾਈਆਂ ਨੇ ਵੇਖ ਲਈਆਂ ਜੀ ਅਸੀਂ, ਕੰਪਨੀ ਦੀਆਂ ਦਵਾਈਆਂ ਲੱਗੀਆਂ ਹੋਈਆਂ ਸਾਰੀਆਂ। ਬਿੱਲ ਵੀ ਕਹਿ ਰਹੇ? ਹਾਂਜੀ, ਬਿੱਲ ਵੀ ਨਾਲ ਦੇਣਗੇ, ਇਸ ਕਰਕੇ ਅਸੀਂ ਇਧਰੋਂ ਹੀ ਖਰੀਦਾਂਗੇ। ਅੱਛਾ, ਵੀਡੀਓ ਕਾਫੀ ਲੋਕਾਂ ਨੇ ਦੇਖ ਲੈਣੀ ਹੈਗੀ, ਕਿਸਾਨਾਂ ਨੂੰ ਕੀ ਸੁਨੇਹਾ ਵੀ ਬੰਦੇ ਸਹੀ ਆ, ਰੇਟ ਸਹੀ ਨੇ? ਹਾਂਜੀ ਹਾਂਜੀ, ਰੇਟ ਬਿਲਕੁਲ ਜਾਇਜ਼ ਹੈ ਜੀ, ਤੇ ਇੱਥੇ ਹੀ ਆਓ, ਅਸੀਂ ਤੇ ਇਹੀ ਕਹਾਂਗੇ, ਇੱਕ ਵਾਰੀ ਮੌਕਾ ਜ਼ਰੂਰ ਦਿਓ ਤੇ ਆਣ ਕੇ ਖਰੀਦੋ। ਬਿਲਕੁਲ ਜੀ, ਇੱਕ ਵਾਰੀ ਮੌਕਾ ਜ਼ਰੂਰ ਦਿਓ, ਤੇ ਦੂਸਰੇ ਪਾਸੇ
ਕਾਫੀ ਕਿਸਾਨ ਜਿਹੜੇ ਇੱਥੇ ਪਹੁੰਚੇ ਹੋਏ ਆ, ਗੱਲਬਾਤ ਕਰ ਲੈਂਦੇ ਆ। ਹਾਂਜੀ, ਕੀ ਹਾਲ ਜੀ? ਵਧੀਆ ਵਧੀਆ, ਹੋਰ ਸੁਣਾਓ ਜੀ? ਵਧੀਆ ਜੀ। ਕਿਵੇਂ ਅੱਜ ਇੱਥੇ? ਅੱਜ ਆਪਣੇ ਮਨੀਸ਼ ਗੰਧਾਰੀ ਜੀ ਆਪਣੇ ਬਹੁਤ ਚੰਗੇ ਦੋਸਤ ਹੈ, ਉਹਨਾਂ 'ਚ ਓਪਨਿੰਗ ਕੀਤੀ ਹੈ ਅਤੇ ਆਉਣ ਦਾ ਮੌਕਾ ਮਿਲਿਆ ਅਤੇ ਜਦੋਂ ਦੁਕਾਨ ਅੰਦਰ ਆਏ ਖੁਸ਼ੀ ਹੋਈ ਵੇਖ ਕੇ। ਸਾਰਾ ਕੁਛ ਆਪਣੇ ਕਿਸਾਨ ਭਰਾਵਾਂ ਨਾਲ ਸਾਰਾ ਰਿਲੇਟਡ ਹੈ ਅਤੇ ਵੇਖ ਕੇ ਸਾਰੀਆਂ ਦਵਾਈਆਂ ਬਹੁਤ ਚੰਗਾ ਹੈ। ਇਸ ਤਰ੍ਹਾਂ ਦੀਆਂ ਦੁਕਾਨਾਂ ਕੋਈ ਕੋਈ ਖੋਲ੍ਹਦੇ ਹੈ। ਅੱਛਾ, ਇੱਕ ਚੀਜ਼ ਇਹ ਦੱਸੋ ਵੀ ਆਊਟਲੈਟ ਇਹਨਾਂ ਦੇਖ ਰੱਖਾ, ਨਿਊ ਕਿਸਾਨ ਆਊਟਲੈਟ ਨਾਮ ਦੇ ਰੱਖਾ ਨਾ, ਅਤੇ ਜਿਵੇਂ ਆਪਾਂ ਕਿਸੇ ਆਊਟਲੈਟ ਚਲੇ ਕੱਪੜੇ ਦਾ ਹੈ ਨਾ, ਕਿਸੇ ਹੋਰ ਚੀਜ਼ ਦਾ, ਅਸੀਂ ਰੂਹ 'ਚ ਖੁਸ਼ ਹੁੰਦੀ ਕਿਸੇ ਸ਼ੋਰੂਮ 'ਚ। ਅੱਜ ਐਂ ਲੱਗਦਾ ਸੀ, ਮੈਂ ਤਾਂ ਕੋਈ ਮੋਬਾਈਲਾਂ ਵਾਲੀ ਦੁਕਾਨ ਖੁੱਲ੍ਹ ਗਈ, ਮੈਨੂੰ ਤਾਂ ਐਂ ਲੱਗਿਆ। ਨਹੀਂ ਨਹੀਂ, ਵਧੀਆ ਲੱਗਿਆ ਮੈਨੂੰ। ਪਤਾ ਕਿ ਖੁਸ਼ੀ ਹੋਈ ਹੈ, ਇਹਨੇ ਇੱਕ ਕਿਸਾਨ ਦਾ ਨਾਂ ਰੱਖਿਆ। ਸਭ ਤੋਂ ਵੱਡੀ ਗੱਲ ਹੈ ਕਿਸਾਨ, ਕਿਹੜੇ ਬੋਲ ਰਹੇ ਤੁਸੀਂ, ਕੀ ਰੱਖਿਆ? ਕਿਸਾਨ, ਨਿਊ ਕਿਸਾਨ ਆਊਟਲੈਟ, ਬਹੁਤ ਵਧੀਆ ਲੱਗਿਆ, ਕਿਸਾਨ ਦੇ ਨਾਂ ਰੱਖਿਆ। ਕਿਸਾਨ ਆਪੇ ਖੁਸ਼ ਹੁੰਦੇ ਆ, ਬਾਹਰ ਲੋਕੇਸ਼ਨ ਵੇਖ ਕੇ ਜਿਵੇਂ ਕਿਸਾਨੀ ਧਰਨਾ ਚੱਲਦਾ ਹੈ, ਜਦੋਂ ਬੰਦਾ ਲੰਘਦਾ ਕਿਸਾਨ ਆਉਂਦਾ ਉਹਦਾ ਐਟੋਮੈਟਿਕ ਕਿਸਾਨੀ ਧਰਨੇ ਨਾਲ ਜੋੜਿਆ ਜਾਂਦਾ ਹੈ। ਅਤੇ ਪਰ ਇਹਨਾਂ ਨੂੰ ਇੱਕ ਰਿਕੁਐਸਟ ਇਹ ਕਰਾਂਗੇ, ਅਸੀਂ ਜ਼ਿਮੀਂਦਾਰਾਂ ਵਕੀਲ ਬਾਅਦ 'ਚ ਅਤੇ ਕਿਸਾਨਾਂ ਦੇ ਉੱਤੇ ਬਸ, ਚਲੋ ਠੀਕ ਹੈ, ਬਹੁਤ ਵਧੀਆ। ਬਿਲਕੁਲ ਜੀ, ਕਹਿੰਦੇ ਬਹੁਤ ਵਧੀਆ ਤਸਵੀਰਾਂ। ਹੋਰ ਵੀ ਲੋਕ ਇੱਥੇ ਪਹੁੰਚੇ ਹੋਏ ਆ, ਇੱਕ ਵਾਰ ਫਿਰ ਦਿਖਾ ਦਿੰਦੇ ਹੈਗੇ ਆ ਇੱਧਰ ਕਿੰਨੇ ਕਿਸਾਨ ਵੀ ਆ ਕੇ ਬੈਠੇ ਆ। ਇੱਕ ਇੱਕ ਪ੍ਰੋਡਕਟ ਜਿਹੜਾ ਹੈ ਤੁਹਾਨੂੰ ਲੱਗਿਆ ਦਿਖਾਈ ਦੇ ਰਿਹਾ, ਦੇ ਸਕਦੇ ਹੋ ਕਿਸ ਤਰੀਕੇ ਜਿਹੜਾ ਸਮਾਨ ਹੈ, ਜਿਹੜਾ ਪ੍ਰੋਡਕਟ ਹੈ, ਚਾਹੇ ਉਹ ਫੰਗੀਸਾਈਡ ਹੈ, ਇਨਸੈਕਟੀਸਾਈਡ ਹੈ, ਕੋਈ ਵੀ ਪ੍ਰੋਡਕਟ ਹੈ, ਇੱਕ ਛੱਤ ਹੇਠ ਹੁਣ ਤੁਹਾਨੂੰ ਸਭ ਚੀਜ਼ਾਂ ਮਿਲਣ ਵਾਲੀਆਂ ਨੇ। ਐਡਰੈੱਸ ਦੀ ਗੱਲ ਰਹਿ ਗਈ, ਬਾਈ ਹੋਰਾਂ ਨਾਲ ਗੱਲ ਕਰ ਲੈਂਦੇ ਹਾਂ। ਵੀਰੇ, ਸਭ ਤੋਂ ਪਹਿਲਾਂ ਆਪਾਂ ਐਡਰੈੱਸ ਅਤੇ ਮੋਬਾਈਲ ਨੰਬਰ ਬੋਲਣਾ ਹੈਗਾ, ਕਿਸ ਜਗ੍ਹਾ 'ਤੇ ਆਪਣੀ ਜਗ੍ਹਾ ਜੀ? ਐਡਰੈੱਸ ਹੈ ਜੀ ਆਪਣਾ ਨੇੜੇ ICIC ਬੈਂਕ, ਗੁਰੂ ਹਰ ਸਹਾਏ, ਬੋਰਾ ਸਟਰੀਟ, ਅਤੇ ਮੋਬਾਈਲ ਨੰਬਰ ਹੈ ਜੀ ਆਪਣੇ 90411-48948। ਦੂਸਰਾ ਨੰਬਰ ਹੈ ਜੀ ਆਪਣਾ 90407-40031। ਅੱਛਾ, ਦੂਜੇ ਬਾਰੇ ਇਹ ਗੱਲ ਕਰ ਲਓ, ਇਸ ਵੀਡੀਓ ਨੂੰ ਦੇਖਣਾ ਕਾਫੀ ਲੋਕਾਂ ਹੈਗਾ, ਜੇਕਰ ਕੋਈ ਵਿਅਕਤੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਆਉਂਦਾ, ਉਹਨੂੰ ਕੋਈ ਖਾਸ ਡਿਸਕਾਊਂਟ ਦਿਓਗੇ ਵੀ ਗੁਰੂ ਸਾਹਿਬ ਲਾਈਵ ਦੀ ਵੀਡੀਓ ਦੇਖ ਕੇ ਆਇਆ, ਜਿਹੜਾ ਤੁਸੀਂ ਤੁਹਾਨੂੰ ਸਕਰੀਨਸ਼ੋਟ ਦਿਖਾਵੇ, ਸਮਾਨ ਪਹਿਲਾਂ ਕਢਾ ਲਵੇ ਕਿਸਾਨ, ਉਸ ਤੋਂ ਬਾਅਦ ਸਕਰੀਨਸ਼ੋਟ ਕੋਈ ਲੈਸ ਕਰੋਗੇ? ਪੂਰਾ ਮਾਨ ਕੀਤਾ ਜਾਏਗਾ ਜੀ ਉਸ ਕਿਸਾਨ ਦਾ, ਪੂਰਾ ਮਾਨ ਕੀਤਾ ਜਾਏਗਾ ਜਿਹੜਾ ਕਿਸਾਨ ਸਾਡੇ ਵੀਡੀਓ ਸ਼ੇਅਰ ਕਰਕੇ ਆਏਗਾ। ਲਓ ਜੀ, ਜਿਹੜਾ ਵੀਡੀਓ ਸ਼ੇਅਰ ਕਰਕੇ ਆਏਗਾ ਕਿਸਾਨ ਭਰਾ, ਉਹਦਾ ਵੀ ਮਾਣ ਸਤਿਕਾਰ ਜਿਹੜਾ ਹੈ ਪੂਰਾ ਕੀਤਾ ਜਾਊਗਾ, ਡਿਸਕਾਊਂਟ ਦਿੱਤਾ ਜਾਊਗਾ। ਸਮਾਨ ਮੈਂ ਹਮੇਸ਼ਾ ਕਹਿੰਦਾ ਹੁੰਦਾ, ਪਹਿਲੇ ਕਢਾ ਕੇ ਪਹਿਲਾਂ ਬਿੱਲ ਬਣਵਾ ਲਿਓ, ਫਿਰ ਦਿਖਾ ਦਿਓ ਸਕਰੀਨਸ਼ੋਟ ਬਈ ਤੇਰੀ ਵੀਡੀਓ ਸ਼ੇਅਰ ਕੀਤੀ ਹੋਈ ਹੈ। ਗੁਰੂ ਹਰ ਸਹਾਏ ਦੇ ਵਿੱਚ ICIC ਬੈਂਕ ਦੇ ਗਲੀ, ICIC ਬੈਂਕ ਦੇ ਬਿਲਕੁਲ ਨੇੜੇ ਵੋਰਾ ਸਟਰੀਟ ਦੇ ਵਿੱਚ ਗੁਰੂ ਹਰ ਸਹਾਏ ਨਿਊ ਕਿਸਾਨ ਆਊਟਲੈਟ ਖੁੱਲ੍ਹ ਚੁੱਕਿਆ ਹੈ, ਜਿੱਥੇ ਤੁਸੀਂ ਦੇਖਦੇ ਹੋ ਹਰ ਤਰ੍ਹਾਂ ਦੀ ਜਿਹੜੀ ਹੈ ਪੈਸਟੀਸਾਈਡ, ਇਨਸੈਕਟੀਸਾਈਡ, ਫੰਗੀਸਾਈਡ, ਹਰ ਤਰ੍ਹਾਂ ਦਾ ਜਿਹੜਾ ਖੇਤੀ ਨਾਲ ਰਿਲੇਟਿਡ ਪ੍ਰੋਡਕਟ ਉਹ ਉਪਲਬਧ ਪਏ ਆ ਅਲੱਗ ਅਲੱਗ ਟੋਪ ਬ੍ਰਾਂਡ ਦੀਆਂ ਕੰਪਨੀਆਂ ਦੇ। ਅਤੇ ਤਦ ਤੱਕ ਦੇਖਦੇ ਹੋ ਲੋਕਾਂ ਦੀ ਆਵਾਜ਼, ਲੋਕਾਂ ਦਾ ਚੈਨਲ। ਜੇਕਰ ਇਹ ਵੀਡੀਓ ਵਧੀਆ ਲੱਗਿਆ ਤਾਂ ਕਮੈਂਟ ਸੈਕਸ਼ਨ 'ਚ ਆਪਦੀ ਰਾਏ ਵੀ ਜ਼ਰੂਰ ਦੱਸਿਓ। ਪੱਤਰਕਾਰ ਸਾਥੀ ਮਦਨ ਦੇ ਨਾਲ ਮੈਂ ਸਤਪਾਲ ਸਿੰਘ, ਗੁਰੂ ਹਰ ਸਹਾਏ।